ਤਕਰੀਬਨ 4 ਕਰੋੜ ਤੇ 38 ਲੱਖ ਰੁਪਏ ਨਾਲ ਜਿੰਨੇ ਵੀ ਇਹਦੇ ਵੱਖਰੇ ਵੱਖਰੇ ਬਲਾਕ ਹੈ, ਕੋਈ ਕੁਆਟਰਸ ਹੈ, ਕੋਈ ਪਾਰਕ ਹੈ, ਕੋਈ ਸੜਕਾਂ ਹੈ, ਓਪਰੇਸ਼ਨ ਥੀਏਟਰ ਵਗੈਰਾ ਵਗੈਰਾ, ਔਰ ਅਗਲੇ 6 ਮਹੀਨਿਆਂ ਦੇ ਵਿੱਚ ਇਹ ਸਾਰਾ ਕੰਮ ਜਿਹੜਾ ਮੁਕੰਮਲ ਕਰ ਦਿੱਤਾ ਜਾਏਗਾ। ਔਰ ਹਸਪਤਾਲ ਦੀ ਸਹੂਲਤਾਂ, ਹਸਪਤਾਲ ਦੇ ਵਿੱਚ ਜਿੰਨੀਆਂ ਵੀ ਡਾਇਗਨੋਸਟਿਕ ਵਾਸਤੇ ਮਸ਼ੀਨਾਂ ਹੈ, ਇਸ ਤੋਂ ਇਲਾਵਾ ਜਿਹੜੇ ਵੀ ਮੰਜੇ ਬਿਸਤਰੇ, ਮਤਲਬ ਮੇਰਾ ਕਹਿਣ ਦਾ ਮਤਲਬ ਬਾਥਰੂਮ, ਟੋਟਲ ਜਿਹੜਾ ਬਠਿੰਡੇ ਡਿਸਟ੍ਰਿਕਟ ਹੋਸਪਿਟਲ ਦੇ ਵਿੱਚ ਸਿਵਲ ਹੋਸਪਿਟਲ ਦੀ ਜਿਹੜੀ ਰੈਨੋਵੇਸ਼ਨ ਹੈ ਉਹਦੇ ਲਈ ਅੱਜ ਉਹਦੀ ਸ਼ੁਰੂਆਤ ਜਿਹੜੀ ਅੱਜ ਕਰਨ ਲੱਗੇ। ਔਰ ਮੈਨੂੰ ਆਸ ਹੈ ਕਿਉਂਕਿ ਇੱਥੇ ਡਾਕਟਰ ਅਮਰੀਕ ਜਿਹੜੇ ਕਿ ਇਸ ਵੇਲੇ CMO ਦੀ ਡਿਊਟੀ ਨਿਭਾ ਰਹੇ ਨੇ, ਰੱਬਾਂ ਵਰਗੇ ਬੰਦੇ ਹੈ ਡਾਕਟਰ ਤਾਂ ਵੈਸੇ ਵੀ। ਔਰ ਇੱਕ ਮੁਹਾਵਰਾ ਹੁੰਦਾ ਕਿ ਬਿਯੋਂਡ ਦ ਕਾਲ ਆਫ ਡਿਊਟੀ, ਡਿਊਟੀ ਤਾਂ ਹਰ ਇਨਸਾਨ ਕਰਦਾ ਜਿੱਥੇ ਜਿੱਥੇ ਕਿਸੇ ਦੀ ਡਿਊਟੀ ਹੁੰਦੀ ਹੈ, ਪਰ ਕੁਛ ਤਬਕੇ ਐਸੇ ਵੀ ਹੁੰਦੇ ਜਿਹੜੇ ਕਿ ਡਿਊਟੀ ਤੋਂ ਵੱਧ ਕੇ ਉਹ ਕੰਮ ਕਰਦੇ ਆ। ਉਹ ਮੈਨੂੰ ਲੱਗਦਾ ਅੱਜ ਕੱਲ੍ਹ ਸਾਡੇ ਜਿਹੜੇ ਖਾਸ ਕਰਕੇ ਮੈਡੀਕਲ ਮਹਿਕਮੇ ਦੇ ਜਿਹੜੇ ਸਾਡੇ ਬੰਦੇ ਹੈ। ਸੋ ਮੈਂ ਅੱਜ ਕੋਈ ਇੱਥੇ ਆਉਣਾ ਕੋਈ ਵੈਸੇ ਕੋਈ ਤਕਲਫ ਦਾ ਤਕਾਜ਼ਾ ਤਾਂ ਨਹੀਂ ਸੀ, ਬਲਕਿ ਫਰਜ਼ ਸੀਗਾ। ਔਰ ਆਪਣੀ ਨਿਗਰਾਨੀ ਦੇ ਵਿੱਚ ਇਹ ਕੰਮ ਜਿਹੜਾ ਹੈ ਬਿਹਤਰ ਤੋਂ ਬਿਹਤਰ ਹੋ ਸਕੇ, ਬਿਹਤਰ ਤੋਂ ਕਿਉਂਕਿ ਬਿਹਤਰੀਨ ਹੋ ਸਕੇ, ਇਸ ਕਰਕੇ ਇੱਥੇ ਆਏ ਸੀ।